ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਬੋਰਡ ਤੇ ਜਿਹੜੀ ਕਾਰਪੋਰੇਸ਼ਨ ਨੇ ਉਹਨਾਂ ਨੂੰ ਫੈਸਲੇ ਤੋਂ ਬਾਹਰ ਰੱਖਿਆ ਗਿਆ ਸੀ। ਇਸ ਵਜ੍ਹਾ ਕਰਕੇ ਸਾਡੇ ਉੱਪਰ ਲਗਾ ਸਾਨੂੰ ਫਿਰ ਰਾਜਾ ਵੜਿੰਗ ਸੀ ਜਿਹੜੇ ਟਰਾਂਸਪੋਰਟ ਮੰਤਰੀ ਸੀ ਬੜੇ ਸਕਾਰਾਤਮਕ ਲੀਡਰ ਮੰਨੇ ਗਏ ਨੇ ਕਾਂਗਰਸ ਦੇ ਮੌਜੂਦਾ ਜਿਹੜੀ ਆਪਣੀ ਪੁਰਾਣੀ ਸਰਕਾਰ ਸੀ ਜੋ ਇਸ ਟਾਈਮ ਸੱਤਾ ਵਿੱਚ ਨਹੀਂ ਹੈ ਤੇ ਉਹਨਾਂ ਨੇ ਸਾਡੀ ਫਾਈਲ ਬਣਾਈ ਸੀ ਜਿਹੜੇ ਕੰਟਰੈਕਟ ਵਾਲੇ 5 ਸਾਲ ਮੁਲਾਜ਼ਮ 5 ਸਾਲ ਪੂਰੇ ਕਰ ਚੁੱਕੇ ਆ ਉਹ ਮੁਲਾਜ਼ਮ ਰੈਗੂਲਰ ਤੇ ਜਿਹੜੇ 7 ਸਾਲ ਆਊਟਸੋਰਸ ਤੇ ਮੁਲਾਜ਼ਮ ਹੈ ਉਹਨਾਂ ਨੂੰ ਕੰਟਰੈਕਟ ਤੇ ਵਿਭਾਗ ਵਿੱਚ ਲਿਆਣ ਕੇ ਪੱਕਾ ਕੀਤਾ ਜਾਏਗਾ ਤੇ ਉਹਨਾਂ ਨੇ ਵੀ ਇਹ ਮੰਗ ਸਾਡੀ ਪੂਰੀ ਕੀਤੀ ਉਹ ਫਾਈਲ ਐਦਾਂ ਹੀ ਬੰਦ ਨਹੀਂ ਬੰਦ ਰਹੀ ਉਹ ਫੈਸਲਾ ਰਾਜਪਾਲ ਕੋਲ ਚਲੇ ਗਿਆ ਤੁਹਾਨੂੰ ਪਤਾ ਹੀ ਹੈ ਉਹ ਫੈਸਲਾ ਰਾਜ ਗਵਰਨਰ ਸਾਹਿਬ ਕੋਲ ਚਲੇ ਗਿਆ ਤੇ ਉਹਨਾਂ ਨੇ ਦੁਬਾਰਾ ਰਿਵਰਟ ਬੈਕਮੈਨ ਭੇਜਤਾ ਤੇ ਮੁੜ ਕੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਉਲਟਾ ਸਾਡੇ ਤੇ ਵੱਖ ਵੱਖ ਕਾਨੂੰਨ ਬਣਾਈ ਜਾਂਦੇ ਆ ਵੀ ਤੁਸੀਂ ਓਵਰਲੋਡ ਸਵਾਰੀ ਜਾਂ ਹੋਰ ਦਿੱਕਤਾਂ ਵੀ ਕੇਪੀਐਲ ਵੱਧ ਹੋਵੇ ਨਾਰਮ ਸ਼ੀਟ ਵੱਧ ਹੋਵੇ ਜਿਸ਼ੀ ਵੱਧ ਹੋਵੇ ਸਰਕਾਰ ਸਾਡੀ ਗੱਲ ਵਿਚਾਰਨ ਦੀ ਬਜਾਏ ਸਾਡੇ ਤੇ ਅਲੱਗ ਅਲੱਗ ਕਾਨੂੰਨ ਅਸੀਂ ਸਿਰਫ ਇੱਕ ਵਾਰ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਸ ਤੋਂ ਬਾਅਦ ਸਾਡੀ ਕਿਸੇ ਵੀ ਉੱਚ ਅਧਿਕਾਰੀ ਨਾਲ ਗੱਲ ਨਹੀਂ सर मैं तो ये चीज दसना चाहना असी 2007 तों आउटसोर्स दे विच काम किया 5 साल पहला असी आउटसोर्स काम किया उस तों बाद 7 साल हो गया सानू साडा 2014 दे विच बोर्ड ने टेस्ट लिया साडी मैरिट लिस्ट बनी जो कि कोई भी रेगुलर मुलाजम होण वास्ते उहनूं जिहड़ियां शर्तां पूरियां करनियां चाहीदियां उह असी कीतियां पर सरकार साडा 7 साल हो गया सानू साडी मंग भविख साडी किस्मत है कि सानू नहीं कोई भी सरकार ने साडी गल वेले सरकार नूं चाहीदा भी असी तां हुण कानून दा बहाना ला के सरकार कह रही है भी जिहड़ी बैकडोर एंट्री है कोर्ट ने कहा भी असी इहनां नूं पक्के नहीं कर सकदे पर सरकार नूं असी वार-वार कहने आ भी असी बैकडोर एंट्री नहीं साडे असी प्रोपर चैनल दे राहीं भर्ती होए आ साडा तां हल कर सकदी है सरकार कि बहाने बनाऊगी भी सानूं कोर्ट ने कहा तां जां हाई कोर्ट ने कहा भी इह भर्ती नहीं कर सकदे बैकडोर एंट्री है इहनूं रेगुलर पर असी सरकार नूं फिर असी दसना चाहुंदे तुहाडे जरिए भी असी इक बोर्ड दे राहीं टैस्ट लै के सरकार ने सानूं रख्या असी इक प्रोपर ਲਖਵਿੰਦਰ